ਜਦੋਂ ਮੈਂ ਵਾਈਸ ਚਾਂਸਲਰ ਰੂਪ 'ਚ ਯੂਨੀਵਰਸਿਟੀ 'ਚ ਆਇਆ ਸਾਂ ਤਾਂ ਕੁਝ ਗੱਲਾਂ ਮੈਂ ਸ਼ੁਰੂ 'ਚ ਕੀਤੀਆਂ ਸਨ ਸਾਰਿਆਂ ਨਾਲ, ਕੈਂਪਸ ਦੇ ਅੰਦਰ ਵੀ ਕੈਂਪਸ ਦੇ ਬਾਹਰ ਵੀ। ਉਹਦੇ 'ਚੋਂ ਇੱਕ ਗੱਲ ਇਹ ਸੀ ਕਿ ਪੰਜਾਬੀ ਯੂਨੀਵਰਸਿਟੀ ਨਾਲ ਜੇ ਪੰਜਾਬੀ ਦੁਨੀਆ ਦੇ ਜੁੜ ਜਾਂਦੇ ਹੈ ਤਾਂ ਇਸ ਯੂਨੀਵਰਸਿਟੀ ਦਾ ਭਵਿੱਖ ਉੱਜਲ ਹੈ ਔਰ ਬਹੁਤ ਉੱਜਲ ਹੈ, ਔਰ ਇਹਦੇ ਲਈ ਦੋਵੇਂ ਪਾਸਿਓਂ ਕੋਸ਼ਿਸ਼ ਕਰਨ ਦੀ ਲੋੜ ਆ। ਯੂਨੀਵਰਸਿਟੀ ਨੂੰ ਇਹ ਕੋਸ਼ਿਸ਼ ਕਰਨ ਦੀ ਲੋੜ ਹੈ ਕਿ ਉਹ ਆਪਣੇ ਇਸ ਤਰ੍ਹਾਂ ਦੇ ਕੰਮ ਕਰੇ, ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਿਹੜੇ ਸਾਰੇ ਪੰਜਾਬੀਆਂ ਨੂੰ, ਭਾਵੇਂ ਉਹ ਪੰਜਾਬੀ ਪੰਜਾਬ 'ਚ ਹੋਣ ਜਾਂ ਇਸ ਦੇਸ਼ 'ਚ ਪੰਜਾਬ ਤੋਂ ਬਾਹਰ ਹੋਣ ਜਾਂ ਸਾਡੇ ਗੁਆਂਢੀ ਮੁਲਕਾਂ 'ਚ ਹੋਣ ਜਾਂ ਦੂਰ ਵੱਸਦੇ ਪ੍ਰਵਾਸੀ ਪੰਜਾਬੀ ਹੋਣ, ਉਹਨਾਂ ਸਾਰਿਆਂ ਨੂੰ ਲੱਗੇ ਕਿ ਵਾਕਈ ਇਸ ਯੂਨੀਵਰਸਿਟੀ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਹੈ ਜਿਨ੍ਹਾਂ ਨਾਲ ਅਸੀਂ ਜੁੜ ਸਕਦੇ। ਅਤੇ ਦੂਜੇ ਪਾਸੇ ਉਹਨਾਂ ਨੂੰ ਇੱਕ ਹੋਰ ਗੱਲ ਮਹਿਸੂਸ ਹੋਵੇ ਕਿ ਇਸ ਯੂਨੀਵਰਸਿਟੀ ਜਾਂ ਇਸ ਤਰ੍ਹਾਂ ਦੀ ਸੰਸਥਾ ਦੀ ਸਾਨੂੰ ਲੋੜ ਹੈ ਜੇ ਪੰਜਾਬੀ ਨੇ ਅੱਗੇ ਵਧਣਾ। ਸੋ ਤਾੜੀ ਦੋਵਾਂ ਥਾਣਾਂ ਵੱਜਦੀ ਹੈ। ਯੂਨੀਵਰਸਿਟੀ ਇਸ ਗੱਲ ਲਈ ਤਿਆਰ ਹੋਵੇ ਕਿ ਉਹ ਜੁੜੇ ਅਤੇ ਕੁਝ ਇਹੋ ਜਿਹੇ ਪ੍ਰੋਗਰਾਮ ਉਲੀਕੇ, ਅਤੇ ਪੰਜਾਬੀ ਇਸ ਗੱਲ ਲਈ ਤਿਆਰ ਹੋਣ ਕਿ ਉਹ ਯੂਨੀਵਰਸਿਟੀ ਨਾਲ ਜੁੜਨ ਅਤੇ ਉਹਨਾਂ ਨੂੰ ਲੱਗੇ ਕਿ ਸਾਨੂੰ ਇਸ ਯੂਨੀਵਰਸਿਟੀ ਦੀ ਲੋੜ ਹੈ। ਸੋ ਕਈ ਉਪਰਾਲੇ ਅਸੀਂ ਪਹਿਲਾਂ ਵੀ ਯੂਨੀਵਰਸਿਟੀ, ਐਸੀ ਗੱਲ ਨਹੀਂ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀਆਂ ਲਈ, ਇਹ ਕੋਈ ਨਵੀਂ ਗੱਲ ਨਹੀਂ, ਪਰ ਇਸ ਤਰ੍ਹਾਂ ਲੱਗਣ ਲੱਗ ਪਿਆ ਸੀ ਕਿ ਜਿਵੇਂ ਇੱਕ ਗੈਪ ਬਣਦਾ ਜਾ ਰਿਹਾ ਹੈ, ਔਰ ਉਹਨੂੰ ਬ੍ਰਿਜ ਕਰਨ ਲਈ ਅਸੀਂ ਬਹੁਤ ਸਾਰੇ ਉਪਰਾਲੇ ਕੀਤੇ। ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਜਿਹੜਾ ਚਹਿਲ ਸਾਹਿਬ ਦਾ ਉਪਰਾਲਾ ਹੈ ਜਿਹੜਾ ਸਾਡੇ ਪੂਰਬੀ ਭਾਰਤ ਵੱਲੋਂ ਸ਼ੁਰੂ ਹੋਇਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਔਰ ਅਸੀਂ ਇਹਨੂੰ ਹੱਬ ਸਪੋਕ ਦੇ ਮਾਡਲ 'ਚ, ਕਿ ਜੇ ਸਾਡੀ ਹੱਬ ਕਲਕੱਤੇ 'ਚ ਬਣੇ ਤਾਂ ਉਹਦੇ ਸਪੋਕਸ ਜਿਹੜੇ ਆ ਉਹ ਸਾਰੇ ਪੂਰਬੀ ਭਾਰਤ 'ਚ, ਭਾਵੇਂ ਭੁਵਨੇਸ਼ਵਰ ਹੋਵੇ, ਭਾਵੇਂ ਧੰਨਵਾਦ ਹੋਵੇ, ਭਾਵੇਂ ਆਸਾਮ ਹੋਵੇ, ਉਹਦੇ 'ਚ ਬਣਾ ਕੇ ਇੱਕ ਨੈੱਟਵਰਕ ਬਣਾਈਏ ਜਿਹਦੇ ਰਾਹੀਂ ਅਸੀਂ ਪੰਜਾਬੀ ਯੂਨੀਵਰਸਿਟੀ ਨੂੰ ਪੰਜਾਬੀਆਂ ਨਾਲ ਜੋੜੀਏ। ਕਿਉਂਕਿ ਪੰਜਾਬੀਆਂ ਨੂੰ ਬਹੁਤ ਲੋੜ ਹੈ, ਜਿਨ੍ਹਾਂ ਸੂਬਿਆਂ 'ਚੋਂ ਰਹਿੰਦੇ ਹੈ ਉੱਥੇ ਪੰਜਾਬੀ ਪੜ੍ਹਾਈ ਨਹੀਂ ਜਾਂਦੀ, ਅਤੇ ਜੇ ਉਹ ਚਾਹੁਣ ਕਿ ਸਾਡੇ ਜਿਹੜੇ ਅਗਲੀ ਉਹਨਾਂ ਦੀ ਨਸਲ ਹੈ, ਜਿਹੜੀ ਅਗਲੀ ਜਨਰੇਸ਼ਨ ਹੈ, ਉਹ ਪੰਜਾਬੀ ਨਾਲ ਜਾਂ ਪੰਜਾਬੀ ਸਾਹਿਤ ਨਾਲ ਜਾਂ ਪੰਜਾਬੀ ਸੋਚਣ ਦੇ ਤਰੀਕੇ ਨਾਲ ਜੁੜੇ, ਅਤੇ ਉਹਨਾਂ ਨੂੰ ਪੰਜਾਬੀ ਆਉਣੀ ਚਾਹੀਦੀ ਹੈ, ਅਤੇ ਉਹਦੇ ਲਈ ਕਿਉਂ ਨਾ ਕੋਈ ਉਪਰਾਲਾ ਕੀਤਾ ਜਾਵੇ ਸੈਂਟਰਾਂ ਦੇ ਥਰੂ, ਕਿ ਜਿਹੜੇ ਪੰਜਾਬੀ ਸਿੱਖਣਾ ਚਾਹੁੰਦੇ ਉਹ ਪੰਜਾਬੀ ਸਿੱਖਣ, ਫਿਰ ਉਹਨਾਂ ਪੁਸਤਕਾਂ ਨਾਲ ਜੁੜਨ। ਕਿਉਂਕਿ ਜੇ ਅਗਲੀ ਪੀੜ੍ਹੀ ਨਹੀਂ ਜੁੜੇਗੀ ਤਾਂ ਫਿਰ ਇੱਕ ਪੀੜ੍ਹੀ ਤੋਂ ਬਾਅਦ ਇਹ ਗੱਲ ਮਰ ਜਾਏਗੀ। ਜਿਹੜੇ ਪੰਜਾਬੀ ਜਾਣਦੇ ਹੈ, ਇੱਧਰੋਂ ਗਏ ਹੈ, ਉਹ ਤਾਂ ਉਹ ਲਾਇਬ੍ਰੇਰੀਆਂ 'ਚ ਕਿਤਾਬਾਂ ਲੈ ਲੈਣਗੇ, ਪਰ ਅਗਲੀ ਪੀੜ੍ਹੀ ਜਿਹਨੂੰ ਗੁਰਮੁਖੀ ਨਹੀਂ ਆਉਂਦੀ, ਪੰਜਾਬੀ ਨਹੀਂ ਆਉਂਦੀ, ਉਹ ਫਿਰ ਕੀ ਕਰਨਗੇ? ਫਿਰ ਉਹ ਬੰਦ ਹੋ ਜਾਣਗੀਆਂ ਕੁਛ ਚਿਰ ਬਾਅਦ। ਸੋ ਇਹਨੂੰ, ਇਹਨਾਂ ਦੋਵਾਂ ਚੀਜ਼ਾਂ ਨੂੰ ਜੋੜ ਕੇ ਮੈਂ ਵੇਖਦਾ, ਔਰ ਮੈਨੂੰ ਬਹੁਤ ਹੀ ਇਸ ਅੱਜ ਵਾਲੀ ਗੱਲ 'ਤੇ ਉਪਰਾਲੇ 'ਤੇ ਖੁਸ਼ੀ ਹੈ। ਔਰ ਜਿਹੜਾ ਅਸੀਂ ਅੱਜ ਸਟੈਪ ਲਿਆ ਹੈ ਕਿ ਲਾਇਬ੍ਰੇਰੀ ਖੋਲ੍ਹਣ ਦਾ, ਕਿਤਾਬਾਂ ਉੱਥੇ ਭੇਜਣ ਦਾ, ਇਹਨੂੰ ਅਸੀਂ ਰਲ ਮਿਲ ਕੇ ਸਾਰੇ ਅੱਗੇ ਵਧਾਵਾਂਗੇ। ਪਹਿਲੀ ਗੱਲ ਤਾਂ ਇਹ ਕਰਨੀ ਚਾਹੁੰਦਾ। ਦੂਸਰੀ ਗੱਲ ਇਹ ਕਰਨੀ ਚਾਹੁੰਦਾ, ਜਿਹੜੇ ਸਾਡੇ ਦੂਸਰੇ ਅੱਜ ਦੇ ਮਹਿਮਾਨ ਨੇ ਆਪਣੇ ਡਾਕਟਰ ਕਵਰਜੀਤ ਸਿੰਘ, ਉਹਨਾਂ ਦਾ ਭਾਸ਼ਣ ਵੈਸੇ ਮੈਂ ਸੁਣਨਾ ਚਾਹੁੰਦਾ ਸਾਂ, ਪਰ ਉਹ ਮੈਂ ਰਿਕਾਰਡ ਹੋ ਜਾਣਾ, ਸ਼ਾਮ ਨੂੰ ਸੁਣ ਲਵਾਂਗਾ। ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਬਹੁਤ ਬਦਲਾਵ ਆ ਰਿਹਾ ਹੈ ਐਜੂਕੇਸ਼ਨ ਦੇ ਖੇਤਰ 'ਚ, ਅਤੇ ਸਭ ਤੋਂ ਵੱਧ ਇਸ ਬਦਲਾਵ ਨਾਲ ਜਿਹਨੂੰ ਕਹਿੰਦੇ ਆ ਕਿ ਐਡਜਸਟ ਕਰਨ ਦੀ ਲੋੜ ਪਏਗੀ ਔਰ ਪੈ ਰਹੀ ਹੈ ਪਬਲਿਕ ਵਿੱਦਿਅਕ ਅਦਾਰਿਆਂ ਨੂੰ, ਅਤੇ ਉਹਨਾਂ ਵਿੱਚ ਵਿਚਰਦੇ ਜਿਹੜੇ ਕੰਮ ਕਰਦੇ ਅਧਿਆਪਕਾਂ ਨੂੰ। ਸਾਨੂੰ ਸ਼ਾਇਦ ਕਈ ਵਾਰੀ ਪਤਾ ਹੀ ਨਹੀਂ ਲੱਗ ਰਿਹਾ ਕਿ ਹੋ ਕੀ ਰਿਹਾ ਹੈ, ਅਤੇ ਸਾਡਾ ਹੱਕ ਕਿੱਥੇ ਮਾਰਿਆ ਜਾ ਰਿਹਾ ਹੈ, ਨੁਕਸਾਨ ਕਿੱਥੇ ਹੋ ਰਿਹਾ, ਫਾਇਦਾ ਕਿੱਥੇ ਹੋ ਰਿਹਾ। ਕਿਉਂਕਿ ਕਿਹਾ ਜਾਂਦਾ ਹੈ ਕਿ ਜੇ ਅਸੀਂ ਬੱਚੇ ਨੂੰ ਗੁਲਾਬ ਜਾਮਨ ਦੀ ਥਾਂ 'ਤੇ ਚੋਕਲੇਟ ਖਾਣ ਵੱਲ ਲਾਉਂਦੇ ਹਾਂ ਤਾਂ ਉਹਦੇ 'ਤੇ ਬੜੇ ਸਫਿਸਟੀਕੇਟਡ MBA ਹਾਇਰ ਕੀਤੇ ਜਾਂਦੇ ਆ, ਜਿਹੜੇ ਉਹ ਐਡਾਂ ਬਣਾਉਂਦੇ ਆ ਜਿਨ੍ਹਾਂ ਤੋਂ ਬਾਅਦ ਬੱਚਾ ਉੱਧਰ ਨੂੰ ਉਹਦਾ ਝੁਕਾਅ ਪੈਦਾ ਹੋ ਜਾਂਦਾ। ਸੋ ਇਹੀ ਗੱਲ ਹੋ ਰਹੀ ਹੈ ਵੀ ਸਾਨੂੰ ਪਤਾ ਵੀ ਨਹੀਂ ਲੱਗ ਰਿਹਾ ਕਿ ਕਿਸ ਢੰਗ ਨਾਲ ਮੈਨੂਪੁਲੇਸ਼ਨ ਐਜੂਕੇਸ਼ਨ ਸਿਸਟਮ ਦੀ ਹੋ ਰਹੀ ਹੈ। ਉਹਦੇ ਬਾਰੇ ਅੱਜ ਮੈਂ ਗੱਲਬਾਤ ਨਹੀਂ ਕਰਨੀ, ਅੱਜ ਦੇ ਵਕਤ ਇਹਦੇ ਬਾਰੇ ਗੱਲਬਾਤ ਕਰਨਗੇ। ਮੈਂ ਤਾਂ ਦੋ ਗੱਲਾਂ ਰੱਖਣੀਆਂ ਸਿਰਫ ਕਿ ਸਾਡਾ ਜਿਹੜਾ ਸਾਰਾ ਹਾਇਰ ਐਜੂਕੇਸ਼ਨ ਦਾ ਸਿਸਟਮ ਹੈ, ਈਵਨ ਸਾਡਾ ਪ੍ਰਾਇਮਰੀ ਐਜੂਕੇਸ਼ਨ ਦਾ ਸਿਸਟਮ ਵੀ, ਇਹਦੇ 'ਚ ਦੋ ਚੀਜ਼ਾਂ ਬਹੁਤ ਮਹੱਤਵਪੂਰਨ ਗਿਣੀਆਂ ਜਾਂਦੀਆਂ ਨੇ। ਨੰਬਰ 1 ਸਿਲੇਬਸ, ਇੰਟਰਨਲ ਕੰਸਿਸਟੈਂਸੀ, ਇੰਟਰਨਲ ਲੌਜਿਕ ਆਫ ਦੀ ਸਬਜੈਕਟਸ, ਅਤੇ ਇਮਤਿਹਾਨ। ਅਤੇ ਮੇਰੇ ਹਿਸਾਬ ਨਾਲ ਇਹ ਦੋਵੇਂ ਬਹੁਤ ਅਨਇੰਪੋਰਟੈਂਟ ਨੇ। ਇਹ ਹੋਣਾ ਚਾਹੀਦਾ ਹੈ ਵਿਦਿਆਰਥੀ ਸੈਂਟ੍ਰਿਕ, ਅਤੇ ਵਿਦਿਆਰਥੀ ਨੇ ਉਹ ਐਜੂਕੇਸ਼ਨ ਤੋਂ ਬਾਅਦ ਕੀ ਕਰਨਾ ਹੈ, ਕਾਹਦੇ ਲਈ ਉਹ ਵਿੱਦਿਆ ਲੈ ਰਿਹਾ ਹੈ, ਅਸੀਂ ਉਹਦੇ ਬਾਰੇ ਨਹੀਂ ਸੋਚਦੇ। ਅਸੀਂ ਕਹਿੰਦੇ ਅੱਛਾ ਅੱਛਾ ਇਹ ਨਹੀਂ ਪੜ੍ਹਾਇਆ ਅਤੇ ਇਹ ਨਹੀਂ ਪੜ੍ਹਾਇਆ ਅਤੇ ਇਹ ਨਹੀਂ ਪੜ੍ਹਾਇਆ ਅਤੇ ਇਹ ਨਹੀਂ ਪੜ੍ਹਾਇਆ। ਇਹ ਵੀ ਵੇਖੀਏ ਵੀ ਉਹ ਪੜ੍ਹਨ ਤੋਂ ਬਾਅਦ ਵਿਦਿਆਰਥੀ ਨੇ ਬਾਅਦ 'ਚ ਕੀ ਕਰਨਾ ਹੈ। ਸੋ
ਸਾਨੂੰ ਲੋੜ ਹੈ ਕਿ ਅਸੀਂ ਰੀਸਟਰਕਚਰ ਕਰੀਏ ਆਪਣੇ ਸੋਚਣ ਦੇ ਤਰੀਕੇ ਨੂੰ ਅਤੇ ਸਾਰੀ ਵਿੱਦਿਆ ਪ੍ਰਣਾਲੀ ਨੂੰ ਵਿਦਿਆਰਥੀ ਸੈਂਟ੍ਰਿਕ ਅਤੇ ਵਿੱਦਿਆ ਨਾਲ ਵਿਦਿਆਰਥੀ ਨੇ ਕੀ ਕਰਨਾ ਕਿ ਉਹਨੇ ਖੋਜ ਕਰਨੀ ਹੈ ਕਿ ਉਹਨੇ ਕੋਈ ਸਮਾਜ 'ਚ ਕੰਮ ਕਰਨਾ ਹੈ ਕਿ ਉਹਨੇ ਪੜ੍ਹਾਉਣਾ ਹੈ ਕਿ ਉਹਨੇ ਇੰਡਸਟਰੀ 'ਚ ਕੰਮ ਕਰਨਾ ਹੈ ਕਿ ਕਰਨਾ ਕੀ ਹੈ ਉਹਨੇ ਇਹਦੇ 'ਤੇ ਦੋ ਚੀਜ਼ਾਂ 'ਤੇ ਫੋਕਸ ਬਣਾਈਏ ਇਹ ਨਹੀਂ ਮੈਂ ਕਹਿੰਦਾ ਵੀ ਕਿਊਰੀਕੁਲਮ ਨੂੰ ਛੱਡ ਦਈਏ ਜਾਂ ਇਮਤਿਹਾਨ ਨੂੰ ਛੱਡ ਦਈਏ ਕਿਉਂਕਿ ਵੇਖਣਾ ਹੀ ਚਾਹੀਦਾ ਵੀ ਦੋਵਾਂ 'ਚੋਂ ਜ਼ਿਆਦਾ ਮਹੱਤਵਪੂਰਨ ਕੀ ਹੈ ਸੋ ਅੱਜ ਮੈਂ ਭਾਸ਼ਣ ਨਹੀਂ ਦੇਣਾ ਭਾਸ਼ਣ ਲਈ ਵਕਤ ਹੈਗੇ ਨੇ ਮੈਂ ਤਾਂ ਆਪਣੀਆਂ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਸੀ ਸੋ ਇਸ ਕਰਕੇ ਇਹਨਾਂ ਭਾਸ਼ਣਾਂ ਦੀ ਲੜੀ 'ਚੋਂ ਅਸੀਂ ਹੋਰ ਵੀ ਬ੍ਰੇਨ ਸਟਾਰਮਿੰਗ ਸੈਸ਼ਨ ਵੀ ਕਰਾਂਗੇ ਇੱਕ ਕਿਸਮ ਦਾ ਸਾਨੂੰ ਰੀਇਨਵੈਂਟ ਕਰਨ ਦੀ ਲੋੜ ਹੈ ਹਾਇਰ ਐਜੂਕੇਸ਼ਨ ਸਿਸਟਮ ਨੂੰ ਔਰ ਜੋ ਹੋ ਰਿਹਾ ਹੈ ਉਹਨੂੰ ਬਹੁਤ ਧਿਆਨ ਨਾਲ ਵੇਖਣ ਦੀ ਲੋੜ ਹੈ ਕਿਉਂ ਜਦੋਂ ਯੂ ਜੀ ਸੀ ਕਹਿੰਦੀ ਹੈ 40% ਔਨਲਾਈਨ ਕਰ ਦਿਓ ਅਤੇ ਕਈ ਵਾਰੀ ਸਾਡੇ ਸਾਥੀ ਅਧਿਆਪਕ ਵੀ ਕਹਿੰਦੇ ਕਿ ਬੜੀ ਅੱਛੀ ਗੱਲ ਹੈ ਵਿਦਿਆਰਥੀ ਨੂੰ ਫਾਇਦਾ ਹੋਏਗਾ ਪਰ ਧਿਆਨ ਨਾਲ ਵੇਖੋ ਕਿ ਕਿਤੇ ਇਹ ਤਾਂ ਨਹੀਂ ਕਿ ਇਸ ਲਈ ਤਾਂ ਨਹੀਂ ਕੀਤਾ ਜਾ ਰਿਹਾ ਵੀ 40% ਅਧਿਆਪਕਾਂ ਦੀ ਲੋੜ ਖਤਮ ਕਰਤੀ ਜਾਵੇ ਇਨ ਲਿਊ ਆਫ ਹੋ ਰਿਹਾ ਕਿ ਇਨ ਐਡੀਸ਼ਨ ਟੂ ਹੋ ਰਿਹਾ ਸੋ ਇਹਦੇ ਬਾਰੇ ਵਿਚਾਰ ਕਰਨ ਦੀ ਬਹੁਤ ਲੋੜ ਹੈ ਕਿ ਡਿਸਟੈਂਸ ਐਜੂਕੇਸ਼ਨ ਉਹਨਾਂ ਥਾਵਾਂ 'ਤੇ ਪਹੁੰਚ ਜਾਂਦੀ ਹੈ ਜਿੱਥੇ ਕਈ ਵਾਰੀ ਨੋਰਮਲ ਵਿੱਦਿਆ ਨਹੀਂ ਪਹੁੰਚ ਸਕਦੀ ਪਰ ਇਹ ਉਹਦੇ ਲਿਊ ਵਿੱਚ ਨਹੀਂ ਹੋ ਸਕਦੀ ਇਨ ਐਡੀਸ਼ਨ ਟੂ ਇਟ ਹੋ ਸਕਦੀ ਇਸੇ ਤਰ੍ਹਾਂ ਹੀ ਔਨਲਾਈਨ ਤਰੀਕੇ ਪੜ੍ਹਾਉਣ ਦੇ 40% ਜੋ ਵੀ ਉਹ ਇਨ ਐਡੀਸ਼ਨ ਹੋ ਸਕਦੇ ਆ ਇਨ ਲਿਊ ਨਹੀਂ ਹੋ ਸਕਦੇ ਇਹਦੇ ਬਾਰੇ ਸੋਚਣ ਦੀ ਬਹੁਤ ਲੋੜ ਹੈ ਦੂਸਰੀ ਗੱਲ ਇਹ ਕਿ ਉੱਪਰ ਬੈਠ ਕੇ ਵਿਚਾਰ ਕਰਨਾ ਅਤੇ ਇਸ ਤਰ੍ਹਾਂ ਕਰ ਲਈਏ ਅਤੇ ਜਿਹੜੀ ਸਾਡੀ ਅਸਲ ਸਥਿਤੀ ਹੈ ਜਿਹਦੇ 'ਚ ਇੱਕ ਘਰ ਵਿੱਚ ਇੱਕ ਸਮਾਰਟਫੋਨ 'ਤੇ ਪਹਿਲਾਂ ਭਰਾ ਕਲਾਸ ਲਾਉਂਦਾ ਫਿਰ ਭੈਣ ਕਲਾਸ ਲਾਉਂਦੀ ਫਿਰ ਉਹ ਫੋਨ ਐਕਸਚੇਂਜ ਕਰਦੇ ਉਹ ਵੀ ਉਹਨਾਂ ਨੇ ਕਿਸ਼ਤਾਂ 'ਤੇ ਲਿਆ ਅਤੇ ਉਹ ਜਿਹੜੀ ਮੈਂਟਲ ਟੈਨਸ਼ਨ ਹੈ ਉਸ ਵਿਦਿਆਰਥੀ ਦੇ ਅੰਦਰ ਕਿ ਪਤਾ ਨਹੀਂ ਬਿਜਲੀ ਚਲੀ ਜਾਣੀ ਹੈ ਕਿ ਫੋਨ ਬੰਦ ਹੋ ਜਾਣਾ ਕਿ ਨੈੱਟਵਰਕ ਬੰਦ ਹੋ ਜਾਣਾ ਉਹਨੂੰ ਅਸੀਂ ਕਈ ਵਾਰੀ ਅਣਗੌਲਿਆਂ ਕਰ ਦਿੰਦੇ ਹਾਂ ਅਤੇ ਅਸੀਂ ਬੜੇ ਖੁਸ਼ ਹੋ ਜਾਂਦੇ ਇੰਨੇ ਲੋਕ ਜੁੜ ਗਏ ਅਤੇ ਨਾਲੇ ਜਿਹੜੀ ਉਹਦੀ ਮਾਨਸਿਕਤਾ ਜਦੋਂ ਅਸੀਂ ਆਮ ਕਲਾਸਰੂਮਾਂ 'ਚ ਵੀ ਪੜ੍ਹਾਉਂਦੇ ਹਾਂ ਕਿੰਨੀਆਂ ਹੋਰ ਚੀਜ਼ਾਂ ਹੁੰਦੀਆਂ ਉਹ ਕਲਾਸਰੂਮ 'ਚ ਜਿਹੜੀਆਂ ਔਨਲਾਈਨ ਤਰੀਕੇ ਨਾਲ ਨਹੀਂ ਹੋ ਸਕਦੀਆਂ ਅਤੇ ਉਹਨਾਂ ਨੂੰ ਨਾਲ ਜੋੜ ਕੇ ਅਸੀਂ ਇੱਕ ਨਵਾਂ ਮਿਕਸਡ ਮਾਡਲ 'ਤੇ ਭਾਵੇਂ ਬਣਾਈਏ ਪਰ ਇੱਕ ਨੂੰ ਰਿਪਲੇਸ ਕਰਕੇ ਦੂਜੇ ਨੂੰ ਲਿਆਉਣਾ ਕਈ ਵਾਰ ਇਉਂ ਲੱਗਦਾ ਹੈ ਵੀ ਸਰਕਾਰ ਆਪਣਾ ਹੱਥ ਖਿੱਚਣਾ ਚਾਹੁੰਦੀ ਹੈ ਉਹ ਐਜੂਕੇਸ਼ਨ 'ਚ ਉਹ ਇਨਵੈਸਟਮੈਂਟ ਨਹੀਂ ਕਰਨਾ ਚਾਹੁੰਦੀ ਟੀਚਰ ਰੱਖ ਕੇ ਸਕੂਲ ਖੋਲ੍ਹ ਕੇ ਵਿਦਿਆਰਥੀਆਂ ਨੂੰ ਪੜ੍ਹਾ ਕੇ ਜਿਹੜਾ ਉਹਦਾ ਦਾਇਤਵ ਹੈ ਔਰ ਇਸ ਕਰਕੇ ਸਾਨੂੰ ਕਈ ਵਾਰੀ ਚੰਗਾ ਜਿਹਾ ਲੱਗਣ ਲੱਗ ਪੈਂਦਾ ਕਿ ਚੱਲ ਇਸ ਤਰ੍ਹਾਂ ਹੋ ਜੇ ਇਹਨਾਂ ਚੀਜ਼ਾਂ ਨੂੰ ਅਪਣਾਉਂਦੇ ਹੋਏ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਕਿ ਕੋਈ ਹਿਡਨ ਏਜੰਡਾ ਤਾਂ ਨਹੀਂ ਜਿਹਦਾ ਅਸੀਂ ਹਿੱਸਾ ਨਾ ਕਿਤੇ ਗਲਤੀ ਨਾਲ ਬਣ ਜਾਈਏ ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਇੱਕ ਵਾਰੀ ਫਿਰ ਕਹਾਂਗਾ ਕਿ ਅੱਜ ਦੇ ਦੋਵੇਂ ਗੱਲਾਂ ਜਿਹੜੀਆਂ ਨੇ ਇਹ ਪੰਜਾਬੀ ਯੂਨੀਵਰਸਿਟੀ ਜੋ ਕਰਨਾ ਚਾਹੁੰਦੀ ਉਹਦੇ ਨਾਲ ਜੁੜੀਆਂ ਹੋਈਆਂ ਨੇ ਯੂਨੀਵਰਸਿਟੀ ਦਾ ਇਹ ਕੰਮ ਹੁੰਦਾ ਹੈ ਕਿ ਸਮੇਂ-ਸਮੇਂ 'ਤੇ ਵਿੱਦਿਆ ਨੂੰ ਦੁਬਾਰਾ ਫਰੋਲ ਕੇ ਵੇਖੇ ਉਹਦੇ 'ਚੋਂ ਕੁਛ ਨਵਾਂ ਕੱਢੇ ਅਸੀਂ ਇਸ ਸਾਲ 'ਚ ਜੋ ਨਵਾਂ ਕੱਢਿਆ ਉਹ ਸਾਡੇ 5 ਸਾਲਾ ਕੋਰਸ ਨੇ 5 ਸਾਲਾ ਕੋਰਸ ਜਿਹੜੇ ਅਸੀਂ 6 ਸਟਰੀਮਾਂ 'ਚ ਸ਼ੁਰੂ ਕੀਤੇ ਨੇ ਫਿਜ਼ੀਕਲ ਐਂਡ ਕੈਮੀਕਲ ਸਾਇੰਸਿਸ ਬਾਇਓਲੋਜੀਕਲ ਸਾਇੰਸਿਸ ਮੈਥਮੈਟੀਕਲ ਐਂਡ ਕੰਪਿਊਟਿੰਗ ਸਾਇੰਸਿਸ ਸੋਸ਼ਲ ਸਾਇੰਸਿਸ ਲੈਂਗੁਏਜਿਸ ਪਰਫੋਰਮਿੰਗ ਐਂਡ ਵਿਜੂਅਲ ਆਰਟਸ ਸੋ ਮੇਰਾ ਨਹੀਂ ਖਿਆਲ ਵੀ ਦੇਸ਼ 'ਚ ਕੋਈ ਵੀ ਯੂਨੀਵਰਸਿਟੀ ਹੈ ਜਿਹਦੇ 'ਚ ਇਸ ਤਰ੍ਹਾਂ 6 ਸਟਰੀਮਾਂ 'ਚ 5 ਸਾਲਾ ਇੰਟੀਗ੍ਰੇਟਿਡ ਕੋਰਸ 12ਵੀਂ ਤੋਂ ਮਾਸਟਰਸ ਤੱਕ ਦੇ ਹੈ ਨੇ ਔਰ ਜਿਹੜੀ ਫਲੈਕਸੀਬਿਲਿਟੀ ਅਸੀਂ ਇਹਨਾਂ 'ਚ ਰੱਖੀ ਹੈ ਕਿ ਗੁਰਮਤਿ ਸੰਗੀਤ ਵਾਲਾ ਵਿਦਿਆਰਥੀ ਥੋੜ੍ਹੀ ਜਿਹੀ ਫਿਜ਼ਿਕਸ ਪੜ੍ਹ ਸਕੇਗਾ ਕੈਮਿਸਟਰੀ ਵਾਲਾ ਵਿਦਿਆਰਥੀ ਜਿਹੜਾ ਉਹ ਧਰਮ ਅਧਿਐਨ ਪੜ੍ਹ ਸਕੇਗਾ ਪੰਜਾਬੀ ਵਾਲਾ ਵਿਦਿਆਰਥੀ ਫਾਰਸੀ ਪੜ੍ਹੇਗਾ ਅਤੇ ਜਿੰਨੇ ਹਿੰਦੀ ਪੜ੍ਹਨੀ ਹੈ ਉਹ ਹੋ ਸਕਦਾ ਥੋੜ੍ਹੀ ਜਿਹੀ ਬਾਇਓਲੋਜੀ ਵੀ ਪੜ੍ਹ ਸਕੇ ਸੋ ਇਹ ਜਿਹੜਾ ਅਸੀਂ ਇੱਕ ਫਰੀ ਫਲੋਇੰਗ ਉਹਦੇ 'ਚ ਕੰਪੋਨੈਂਟ ਰੱਖਿਆ ਹੈ ਜਿਹੜਾ ਮੈਂ 40% ਚਾਹੁੰਦਾ ਸਾਂ ਪਰ ਫਾਈਨਲੀ 20% ਅਸੀਂ ਰੱਖ ਸਕੇ ਹਾਂ ਕਿਉਂਕਿ ਉਹੀ ਗੱਲ ਆ ਜਾਂਦੀ ਹੈ ਕਿ ਹਰ ਵਿਸ਼ੇ ਨੂੰ ਲੱਗਦਾ ਵੀ ਜੇ ਆਹ ਨਾ ਪੜ੍ਹਾਇਆ ਤਾਂ ਕੀ ਹੋਏਗਾ ਜੇ ਉਹ ਨਾ ਪੜ੍ਹਾਇਆ ਤਾਂ ਕੀ ਹੋਏਗਾ ਮੈਂ ਕਹਿੰਦਾ ਕਿ ਉਹਦੇ ਲਈ ਇੱਕ ਗੱਲ ਅਖੀਰ 'ਤੇ ਕਰਾਂਗਾ ਫਿਰ ਆਪਣੀ ਗੱਲ ਮੁਕਾਵਾਂਗਾ ਕਿ ਜੋ ਪੜ੍ਹਾਈਏ ਉਹਦੀ ਡੂੰਘਾਈ 'ਚ ਜਾਈਏ ਇਹ ਵੀ ਇੱਕ ਵਿੱਦਿਆ ਦਾ ਪ੍ਰਿੰਸੀਪਲ ਹੈ ਜਿਹਨੂੰ ਅਸੀਂ ਛੱਡਦੇ ਜਾ ਰਹੇ ਹਾਂ ਅਤੇ ਉਹਦੀਆਂ 2 ਉਦਾਹਰਣਾਂ ਦੇ ਕੇ ਮੈਂ ਆਪਣੀ ਗੱਲ ਖਤਮ ਕਰਾਂਗਾ ਹੁਣ ਜੇ ਗੱਲ ਚੱਲ ਹੀ ਪਈ ਹੈ ਜਦੋਂ IIT ਕਾਨਪੁਰ ਸ਼ੁਰੂ ਹੋਈ ਤਾਂ ਪ੍ਰੋਫੈਸਰ ਕੇਲਕਰ ਉਹਦੇ ਫਾਊਂਡਰ ਡਾਇਰੈਕਟਰ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ IIT 'ਚੋਂ ਕਾਨਪੁਰ ਅਕੈਡੈਮਿਕ ਪੱਧਰ 'ਤੇ ਬਹੁਤ ਉੱਪਰ ਗਿਣੀ ਜਾਂਦੀ ਸੀ ਉਹਨਾਂ ਨੇ ਸੋਸ਼ਲ ਸਾਇੰਸਿਸ ਲੈਂਗੁਏਜ ਇਹ 'ਤੇ ਵੀ ਬੜਾ ਕੰਮ ਕੀਤਾ ਅਤੇ ਮੈਥਮੈਟਿਕਸ ਦਾ ਇੱਕ ਪ੍ਰੋਫੈਸਰ ਪਹਿਲੇ ਦੂਜੇ ਸਮੈਸਟਰ ਤੋਂ ਬਾਅਦ ਡਾਇਰੈਕਟਰ ਨੂੰ ਮਿਲ ਗਿਆ ਕਹਿੰਦਾ ਵੀ ਮੈਂ ਆਹ ਹਿੱਸਾ ਕਵਰ ਨਹੀਂ ਕਰ ਸਕਿਆ ਕੋਰਸ ਦਾ ਉਹ ਕਹਿੰਦਾ ਯੰਗ ਮੈਨ ਕੋਈ ਗੱਲ ਨਹੀਂ ਟੀਚਰ ਦਾ ਕੰਮ ਤਾਂ ਅਨਕਵਰ ਕਰਨਾ ਹੁੰਦਾ ਹੈ ਕਵਰ ਥੋੜ੍ਹਾ ਕਰਨਾ ਕੋਰਸ ਤੂੰ ਜੇ ਇੰਨਾ ਵੀ ਅਨਕਵਰ ਕਰਤਾ ਜੇ ਇੱਕ ਯੂਨਿਟ ਵੀ ਅਨਕਵਰ ਕਰਤਾ ਵਿਦਿਆਰਥੀਆਂ ਲਈ ਬਹੁਤ ਹੈ ਕਵਰ ਨਹੀਂ ਕਰਨਾ ਅਨਕਵਰ ਕਰਨਾ ਗਿਆਨ ਨੂੰ ਟੀਚਰ ਦਾ ਇਹ ਕੰਮ ਹੈ ਅਤੇ ਦੂਸਰੀ ਗੱਲ ਮੈਂ ਤੁਹਾਨੂੰ ਦੱਸਾਂਗਾ ਕਿ ਬੜੇ ਪ੍ਰਸਿੱਧ ਸੰਗੀਤਕਾਰ ਹੋਏ ਨੇ ਭੀਮ ਸੈਨ ਜੋਸ਼ੀ
ਅਤੇ ਭੀਮ ਸੈਨ ਜੋਸ਼ੀ ਜੀ ਦੀ ਇੰਟਰਵਿਊ ਮੈਂ ਸੁਣੀ ਅਤੇ ਉਹਨਾਂ ਨੂੰ ਇੰਟਰਵਿਊਅਰ ਵਾਰ ਵਾਰ ਪੁੱਛ ਰਿਹਾ ਵੀ ਤੁਸੀਂ ਕਿਸ ਤਰ੍ਹਾਂ ਹੋਇਆ, ਫਿਰ ਗੁਰੂ ਦੇ ਘਰ ਚਲੇ ਗਏ, ਪਾਣੀ ਭਰਦੇ ਸੀ, ਜੋ ਵੀ ਕਰਦੇ ਸੀ, ਉਹ ਕਹਿੰਦੇ ਉਹਨੇ ਸਿਖਾਇਆ ਕੀ? ਉਹਨੇ ਕਿਹਾ ਉਹਨਾਂ ਆਹ ਰਾਗ ਸਿਖਾਇਆ ਪਹਿਲੇ ਸਾਲ, ਦੂਜੇ ਸਾਲ ਕੀ ਸਿਖਾਇਆ? ਉਹੀ ਰਾਗ ਸਿਖਾਇਆ, ਤੀਜੇ ਸਾਲ ਕੀ ਸਿਖਾਇਆ? ਉਹੀ ਰਾਗ ਸਿਖਾਇਆ, ਇਸ ਤਰ੍ਹਾਂ ਸਾਲ ਲੰਘਦੇ ਗਏ। ਤਾਂ ਇੰਟਰਵਿਊਅਰ ਕਹਿੰਦਾ ਫਿਰ ਬਾਕੀ? ਕਹਿੰਦਾ ਫਿਰ ਬਾਕੀ ਮੈਂ ਆਪੇ ਸਿੱਖ ਲਏ। ਸੋ ਇੱਕ ਚੀਜ਼ ਜਿਹਦੀ ਤੁਸੀਂ ਡੂੰਘਾਈ ਵਿੱਚ ਚਲੇ ਜਾਓਗੇ ਅਤੇ ਬਾਕੀ ਫਿਰ ਉੱਥੋਂ ਦਿਸਣ ਲੱਗ ਪੈਂਦੀਆਂ ਅਤੇ ਆਪੇ। ਸੋ ਅਸੀਂ ਵਿਦਿਆਰਥੀ ਨੂੰ ਸਿੱਖਣਾ ਸਿਖਾਈਏ ਕਿ ਕਿਵੇਂ ਸਿੱਖਣਾ ਹੈ, ਨਾ ਕਿ ਸਾਰਾ ਸਿਲੇਬਸ ਘੋਲ ਕੇ ਲੈਕਚਰਾਂ ਦੇ ਰਾਹੀਂ ਉਹਦੇ ਅੰਦਰ ਪਾ ਦਈਏ। ਇਸ ਤਰ੍ਹਾਂ ਨਾ ਪੈਂਦਾ ਅਤੇ ਨਾ ਪਾਇਆ ਜਾ ਸਕਦਾ। ਸਾਨੂੰ ਇਹ ਅਪਰੋਚ ਬਦਲਣ ਦੀ ਲੋੜ ਹੈ ਕਿ ਇੱਕ ਕਵਿਤਾ ਜੇ ਅਸੀਂ ਵਧੀਆ ਢੰਗ ਨਾਲ ਪੜ੍ਹਾ ਦਿਆਂਗੇ ਕਲਾਸ 'ਚ, ਉਹਦਾ ਸਾਰੇ ਆਸਪੈਕਟ ਦੱਸ ਦਿਆਂਗੇ, ਫਿਰ ਹੋਣਾ ਕੀ ਚਾਹੀਦਾ ਵੀ ਵਿਦਿਆਰਥੀ 10-20 ਕਵਿਤਾਵਾਂ ਉਦਣ ਸ਼ਾਮ ਤੱਕ ਹੋਰ ਆਪੇ ਪੜ੍ਹੇ। ਜੇ ਇਹ ਅਸੀਂ ਉਹਦੇ 'ਚ ਪੈਦਾ ਕਰ ਦਿਆਂਗੇ ਤਾਂ ਫਿਰ ਉਹ 10-12 ਕਵਿਤਾਵਾਂ ਨੂੰ ਸਾਰੀਆਂ ਨੂੰ ਕਲਾਸਰੂਮ 'ਚ ਪੜ੍ਹਾਉਣ ਦੀ ਲੋੜ ਨਹੀਂ ਰਹੇਗੀ। ਸੋ ਰਸਤਾ ਵਿਖਾਉਣਾ ਹੈ, ਰਸਤੇ ਦੇ ਨਾਲ ਨਾਲ ਨਹੀਂ ਤੁਰਨਾ, ਕਿਉਂਕਿ ਗੁਰੂ ਨੇ ਤਾਂ ਪਿੱਛੇ ਰਹਿ ਜਾਣਾ ਹੈ, ਮੁੜ ਕੇ ਤਾਂ ਉਸ ਰਸਤੇ 'ਤੇ ਆਪ ਤੁਰਨਾ ਪੈਣਾ ਉਸ ਵਿਦਿਆਰਥੀ ਨੂੰ। ਖੈਰ, ਇਹਨਾਂ ਗੱਲਾਂ ਨਾਲ ਹੀ ਮੈਂ ਆਪਣੀ ਗੱਲਬਾਤ ਖਤਮ ਕਰ ਰਿਹਾ, ਕਿਉਂਕਿ ਸੰਧੂ ਸਾਹਿਬ ਕਹਿੰਦੇ ਤੁਸੀਂ ਬਹੁਤ ਸੰਖੇਪ ਗੱਲ ਕਰਦੇ ਸੀ ਅਤੇ ਅੱਜ ਤੁਹਾਡੇ ਕੋਲੋਂ 2000 ਵੱਧ ਗੱਲਾਂ ਕਰਾਉਣੀਆਂ ਸੀ। ਸੋ ਇਸ ਕਰਕੇ ਮੈਂ 2-4 ਗੱਲਾਂ ਆਪਣੀ ਵਿੱਚ ਹੋਰ ਤੁਹਾਨੂੰ ਦੱਸੀਆਂ ਨੇ। ਬਹੁਤ ਹੀ ਮੈਨੂੰ ਖੁਸ਼ੀ ਅੱਜ ਦੇ ਪ੍ਰੋਗਰਾਮ ਬਾਰੇ, ਖਾਸ ਕਰਕੇ ਕਿਉਂਕਿ ਅਸੀਂ ਆਪਣੇ ਪਬਲੀਕੇਸ਼ਨ ਡਿਪਾਰਟਮੈਂਟ ਨੂੰ ਰੀਵੈਂਪ ਕਰ ਰਹੇ ਹਾਂ। ਪ੍ਰੋਫੈਸਰ ਰਜੇਸ਼ ਨੇ ਬਹੁਤ ਸਾਰੀਆਂ ਮੱਲਾਂ ਪਹਿਲੇ ਹੀ ਮਾਰ ਲਈਆਂ ਨੇ, 1.5 ਮਹੀਨੇ 'ਚ ਹੀ, ਅਤੇ ਕਿਤਾਬਾਂ ਛਪਣੀਆਂ ਵੀ ਸ਼ੁਰੂ ਹੋ ਗਈਆਂ ਨੇ। ਸੋ ਜਿਹੜਾ ਵੀ ਬਾਹਰ ਵਾਲਾ ਗਤੀਵਿਧੀ ਇਸ ਕੰਮ ਨਾਲ ਜੁੜ ਰਹੀ ਹੈ, ਉਹਦੇ ਤੋਂ ਮੈਨੂੰ ਹੋਰ ਵੀ ਖੁਸ਼ੀ ਹੋ ਰਹੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਵਿਨ ਵਿਨ ਸਿਚੁਏਸ਼ਨ, ਕਿ ਉਹ ਜਿਹਨੂੰ ਅੱਗੇ ਵਧਾ ਰਿਹਾ ਅਤੇ ਜੇ ਉਹਦੀ ਹੈਂਡ ਹੋਲਡਿੰਗ ਬਾਹਰੋਂ ਹੋ ਰਹੀ ਹੈ ਤਾਂ ਫਿਰ ਮੈਨੂੰ ਲੱਗਦਾ ਕਿ ਅਸੀਂ ਬਹੁਤ ਅੱਗੇ ਜਾ ਸਕਦੇ ਹਾਂ। ਪਬਲੀਕੇਸ਼ਨ ਦੇ ਮਾਮਲੇ 'ਚ ਪੰਜਾਬੀ ਯੂਨੀਵਰਸਿਟੀ ਯੂਨੀਕ ਹੈ, ਕੋਈ ਘੱਟ ਹੀ ਯੂਨੀਵਰਸਿਟੀ ਹੈ ਇਸ ਦੇਸ਼ 'ਚ ਜਿਹਦਾ ਇਸ ਕਿਸਮ ਦਾ, ਜਿਹਨੂੰ ਕਹਿੰਦੇ ਆ ਸਥਾਪਿਤ ਪਬਲੀਕੇਸ਼ਨ ਬਿਊਰੋ ਹੈ, ਜਿਹਦੀਆਂ ਕਿਤਾਬਾਂ ਵੈਲ ਰਿਸਪੈਕਟਡ ਨੇ, ਔਰ ਇਹਨੂੰ ਅਸੀਂ ਇਸ ਕਰਕੇ ਬਹੁਤ ਅੱਗੇ ਲਿਜਾ ਸਕਦੇ ਹਾਂ। ਨਾ ਸਾਡੇ ਕੋਲ ਵਿਸ਼ਿਆਂ ਦੀ ਕਮੀ ਹੈ, ਨਾ ਸਾਡੇ ਕੋਲ ਐਕਸਪਰਟੀਜ਼ ਦੀ ਕਮੀ ਹੈ, ਔਰ ਬਹੁਤ ਅੱਛੀ ਗੱਲ ਹੈ ਕਿ ਅਸੀਂ ਜੋ ਛਾਪਦੇ ਹਾਂ ਲੋਕ ਉਹਨੂੰ ਜ਼ਰੂਰ ਵੇਖਦੇ ਆ। ਲੋਕ ਅਜੇ ਵੀ ਤਤਪਰ ਨੇ ਕਿ ਮੇਰੀ ਕਿਤਾਬ ਪੰਜਾਬੀ ਯੂਨੀਵਰਸਿਟੀ ਛਾਪ ਦੇਵੇ, ਮੇਰੀ ਕਿਤਾਬ ਪੰਜਾਬੀ ਯੂਨੀਵਰਸਿਟੀ ਛਾਪ ਦੇਵੇ। ਸੋ ਮੈਨੂੰ ਨਹੀਂ ਦੇਸ਼ 'ਚ ਹੋਰ ਕੋਈ ਯੂਨੀਵਰਸਿਟੀ ਦਿਸਦੀ ਜਿਹਦਾ ਇਸ ਤਰ੍ਹਾਂ ਦਾ ਵਧੀਆ ਪਬਲੀਕੇਸ਼ਨਾਂ ਦਾ ਕੰਮ ਹੈ। ਸੋ ਅੱਜ ਦਾ ਦਿਨ ਇਸ ਕਰਕੇ ਬਹੁਤ ਹੀ ਵਧੀਆ ਹੈ ਕਿ ਸਾਡੀਆਂ ਕਿਤਾਬਾਂ ਧੰਨਵਾਦ ਜਾਣਗੀਆਂ, ਉੱਥੋਂ ਅੱਗੇ ਕਲਕੱਤੇ, ਭੁਵਨੇਸ਼ਵਰ, ਸਾਰੇ ਪੂਰਬੀ ਭਾਰਤ 'ਚ ਫੈਲਣਗੀਆਂ। ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਦੋਵਾਂ ਹੀ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਔਰ ਮੈਂ ਖਿਮਾ